ਸੋ ਵਰਕਆਊਟ ਹੋ ਗਿਆ ਡਨ ਸੋ ਵਰਕਆਊਟ ਤੋਂ ਬਾਅਦ ਪ੍ਰੋਟੀਨ ਤੁਹਾਨੂੰ ਪਤਾ ਆਪਣੀ ਬੋਡੀ ਨੂੰ 1.5 ਮਿੰਟ ਬੋਡੀ ਵੇਟ ਪ੍ਰੋਟੀਨ ਚਾਹੀਦਾ ਹੁੰਦਾ ਤੇ ਬਹੁਤ ਜਣੇ ਕਹਿੰਦੇ ਸੀ ਕਿ ਕੋਸਟ ਇਫੈਕਟਿਵ ਪ੍ਰੋਟੀਨ ਦੱਸੋ ਇਹ ਆ ਬਿਗ ਮਸਲਸ ਦਾ ਅਸੈਂਸ਼ਲ ਵੇ ਇਹਦੇ ਚ ਆਪਾਂ ਨੂੰ ਮਿਲਦਾ ਹੈ 24 ਗ੍ਰਾਮ ਪ੍ਰੋਟੀਨ ਇੱਕ ਸਕੂਪ ਦੇ ਵਿੱਚ ਤੇ ਨਾਲ ਅਮੀਨੋ ਐਸਿਡਸ ਅਸੈਂਸ਼ਲ ਅਮੀਨੋ ਐਸਿਡ ਪਲੱਸ ਵਿਟਾਮਿਨਸ ਐਂਡ ਮਿਨਰਲਸ ਨਾਲ 4 ਗ੍ਰਾਮ ਗਲੂਟਾਮਾਈਨ ਵੀ ਇਹਦੇ ਚ ਆਪਾਂ ਨੂੰ ਮਿਲਦੀ ਹੈ ਇਹਦੇ ਚ ਜਿਹੜੇ ਇਨਗਰੀਡੀਐਂਟਸ ਆ ਉਹ ਆਪਾਂ ਨੂੰ ਹੈਲਪ ਕਰਦੇ ਆ ਸਟ੍ਰੈਂਥ ਬਿਲਡ ਕਰਨ ਚ ਮਸਲ ਬਿਲਡ ਕਰਨ ਚ ਤੇ ਮਸਲ ਰਿਕਵਰੀ ਚ ਜਿਹੜੇ ਬੰਦੇ ਵਰਕਆਊਟ ਕਰਦੇ ਆ ਉਹ ਵੀ ਇਹਨੂੰ ਯੂਜ਼ ਕਰ ਸਕਦੇ ਤੇ ਜਿਹੜੇ ਵਰਕਆਊਟ ਨਹੀਂ ਕਰਦੇ ਜਿਹੜੇ ਨਾਨ ਐਕਟਿਵ ਆ ਉਹ ਵੀ ਇਹਨੂੰ ਡੇਲੀ ਰੂਟੀਨ ਚ ਆਪਣੀ ਐਡ ਕਰ ਸਕਦੇ ਆ 100% ਬੈਨ ਫ੍ਰੀ ਸਬਸਟੈਂਸਿਸ ਆ ਕੋਈ ਗਲੂਟਨ ਨਹੀਂ ਕੋਈ ਸੋਇਆ ਨਹੀਂ ਨੋ ਪ੍ਰੈਜ਼ਰਵੇਟਿਵ ਐਡਿਡ ਬਹੁਤ ਜ਼ਿਆਦਾ ਵੀਅਰਸ ਕਹਿ ਰਹੇ ਸੀਗੇ ਕਿ ਸਾਨੂੰ ਪ੍ਰੋਟੀਨ ਕੰਜ਼ਿਊਮ ਕਰਦੇ ਹੋਏ ਡਾਈਜੈਸ਼ਨ ਚ ਬਹੁਤ ਪ੍ਰੋਬਲਮਸ ਆਉਂਦੀਆਂ ਆ ਇਹਦੇ ਚ ਡਾਈਜੈਸਟਿਵ ਐਨਜ਼ਾਈਮਸ ਐਡਿਡ ਹੁੰਦੇ ਆ ਜਿਹੜੇ ਫਾਸਟ ਡਾਈਜੈਸ਼ਨ ਚ ਹੈਲਪ ਕਰਦੇ ਆ ਇਸ ਤੋਂ ਬਾਅਦ ਇਹਦੇ ਟੇਸਟ ਤੇ ਮਿਕਸੇਬਿਲਿਟੀ ਬਹੁਤ ਜ਼ਿਆਦਾ ਵਧੀਆ ਆ ਤੁਸੀਂ ਦੇਖ ਹੀ ਲਿਆ ਆ ਪਲੱਸ ਪੁਆਇੰਟ ਇਹ ਬਹੁਤ ਜ਼ਿਆਦਾ ਕੋਸਟ ਇਫੈਕਟਿਵ ਆ ਤੁਸੀਂ ਇਹਨੂੰ ਬਿਲਕੁਲ ਅਫੋਰਡ ਕਰ ਸਕਦੇ ਆ ਇੱਕੋ ਡੱਚ ਚਾਕਲੇਟ ਫਲੇਵਰ ਆ ਜਿਹੜਾ ਕਿ ਬਹੁਤ ਸਵਾਦ ਆ ਹੋਰ ਵੀ ਇਹ ਚ ਫਲੇਵਰਸ ਆਉਂਦੇ ਆ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੁਸੀਂ ਕਲਿੱਕ ਕਰਕੇ ਬਾਏ ਕਰ ਸਕਦੇ ਆ